ਸੂਬੇ ਦੇ ਵਿੱਚ ਆ ਕਰਫਿਊ ਨਹੀਂ ਹੋਵੇਗਾ, ਰਹਿਤਾਂ ਦਿੱਤੀਆਂ ਗਈਆਂ ਨੇ। ਨੀਟ ਦੀ ਪ੍ਰੀਖਿਆ ਜਿਸ ਦੇ ਮੱਦੇ ਨਜ਼ਰ ਇਹ ਢਿੱਲ ਜਿਹੜੀ ਆ ਉਹ ਦਿੱਤੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ, ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਾ ਆਵੇ। ਪ੍ਰੀਖਿਆਵਾਂ ਜਿਹੜੇ ਉਹਨਾਂ ਦੇ ਕੇਂਦਰ ਨੇ ਉੱਥੋਂ ਤੱਕ ਪਹੁੰਚਣ ਦੇ ਲਈ, ਪ੍ਰੀਖਿਆ ਦੇਣ ਦੇ ਲਈ, ਇਸ ਕਰਕੇ ਅੱਜ ਢਿੱਲ ਦਿੱਤੀ ਗਈ ਆ ਕਰਫਿਊ ਦੇ ਵਿੱਚ। ਸੂਬੇ ਦੇ ਵਿੱਚ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਜਿਹੜੀਆਂ ਨੇ ਹਾਲਾਂਕਿ ਉਹ ਬੰਦ ਰਹਿਣਗੀਆਂ। ਚਿੱਤੀ ਬਣੀ ਹੋਈ ਸੀ, ਹਾਲਾਂਕਿ ਵੱਖ ਵੱਖ ਥਾਵਾਂ 'ਤੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਵੀ ਗਿਆ ਕਿ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਰੱਖੀਆਂ ਜਾਣ ਕਰਫਿਊ ਦੀ ਤਰ੍ਹਾਂ। ਹਾਲਾਂਕਿ ਆਵਾਜਾਈ ਦੇ ਵਿੱਚ ਢਿੱਲ ਦਿੱਤੀ ਗਈ ਹੈ ਕਿਉਂਕਿ ਦੂਰ ਦੁਰਾਡੇ ਤੋਂ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਵੱਖ ਵੱਖ ਥਾਵਾਂ 'ਤੇ ਜਾਣਾ ਆਪਣੀਆਂ ਪ੍ਰੀਖਿਆਵਾਂ ਦੇਣ ਦੇ ਲਈ, ਨੀਟ ਦੀ ਪ੍ਰੀਖਿਆ ਦੇਣ ਦੇ ਲਈ, ਜਿਸ ਕਰਕੇ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਸਰਕਾਰ ਦੇ ਵੱਲੋਂ, ਸੂਬਾ ਸਰਕਾਰ ਦੇ ਵੱਲੋਂ। ਦੱਸ ਦਈਏ ਕਿ ਅੱਜ ਨੀਟ ਦੀ ਪ੍ਰੀਖਿਆ ਹੈ ਔਰ ਇਸ ਦੇ ਲਈ ਵਿਦਿਆਰਥੀ ਜਿਹੜੇ ਨੇ ਦੂਰ ਦੁਰਾਡੇ ਤੋਂ ਆਪਣੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਪਹੁੰਚਣਗੇ ਔਰ ਜਿਹੜਾ ਆਪਣਾ ਪੇਪਰ ਦੇਣਗੇ, ਜਿਸ ਕਰਕੇ ਉਹਨਾਂ ਨੂੰ ਰਸਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ, ਸਮੇਂ ਸਿਰ ਆਪਣੇ ਕੇਂਦਰਾਂ ਦੇ ਵਿੱਚ ਉਹ ਪਹੁੰਚ ਸਕਣ। ਇਸ ਕਰਕੇ ਇਹ ਢਿੱਲ ਜਿਹੜੀ ਆ ਉਹ ਦਿੱਤੀ ਗਈ ਹੈ। ਦੱਸ ਦਈਏ ਕਿ ਨੀਟ ਦੀਆਂ ਪ੍ਰੀਖਿਆਵਾਂ ਦੇ ਲਈ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਸ਼ਾਮਲ ਹੋਣਗੇ, ਪੇਪਰ ਦੇਣਗੇ ਆਪਣੇ ਔਰ ਇਸ ਦੇ ਲਈ ਉਹਨਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 2-2.5 ਘੰਟੇ ਪਹਿਲਾਂ ਪਹੁੰਚਣ ਦੀ ਜਿਹੜੀ ਆ ਉਹ ਹਦਾਇਤ ਦਿੱਤੀ ਗਈ ਹੈ ਕਿ ਉਹ ਪਹਿਲਾਂ ਪਹੁੰਚਣ, ਕਿਉਂਕਿ ਕੋਵਿਡ ਮਹਾਂਮਾਰੀ ਕਰਕੇ ਪਹਿਲਾਂ ਸਾਰਾ ਜਿਹੜਾ ਚੈੱਕਅਪ ਵੀ ਉਹਨਾਂ ਦਾ ਕੀਤਾ ਜਾਏਗਾ ਔਰ ਜੋ ਵੀ ਹਦਾਇਤਾਂ ਨੇ ਕੋਵਿਡ ਨੂੰ ਲੈ ਕੇ ਉਹਨਾਂ ਦੇ ਪਾਲਣ ਕਰਵਾਉਣ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਏਗੀ, ਕਿਉਂਕਿ ਦੂਰੀ ਜਿਹੜੀ ਆ ਉਹ ਕਿੱਦਾਂ ਬਣਾ ਕੇ ਰੱਖਣੀ ਹੈ, ਇੱਕ ਦੂਸਰੇ ਤੋਂ ਕੋਈ ਚੀਜ਼ ਲੈਣੀ ਹੈ ਜਾਂ ਨਹੀਂ ਲੈਣੀ, ਇਹ ਸਾਰੀਆਂ ਜਿਹੜੀਆਂ ਨੇ ਹਦਾਇਤਾਂ ਉਹਨਾਂ ਨੂੰ ਪਹਿਲਾਂ ਦੱਸੀਆਂ ਜਾਣਗੀਆਂ ਔਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਜਿਹੜਾ ਉਹ ਲੇਟ ਨਾ ਹੋ ਜਾਏ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਤੋਂ। ਇਸ ਕਰਕੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਕਿ ਪਹਿਲਾਂ ਆ ਕੇ ਰਿਪੋਰਟਿੰਗ ਕਰਨੀ ਹੈ ਤਾਂ ਜੋ ਸਹੀ ਸਮੇਂ 'ਤੇ ਉਹ ਆਪਣੀ ਪ੍ਰੀਖਿਆ ਸ਼ੁਰੂ ਕਰ ਸਕਣ ਔਰ ਸਹੀ ਢੰਗ ਦੇ ਨਾਲ ਆਪਣੀ ਪ੍ਰੀਖਿਆ ਨੂੰ ਨੇਪਰੇ ਚਾੜ ਸਕਣ। ਨੀਟ ਦੀ ਪ੍ਰੀਖਿਆ ਦੇ ਮੱਦੇਨਜ਼ਰ ਇਹ ਢਿੱਲ ਦਿੱਤੀ ਗਈ ਹੈ ਸੂਬੇ ਦੇ ਵਿੱਚ। ਹਾਲਾਂਕਿ ਕਰਫਿਊ ਹੈ ਪਰ ਫਿਲਹਾਲ ਜਿਹੜੀ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਵਿਦਿਆਰਥੀ ਸਮੇਂ ਸਿਰ ਪ੍ਰੀਖਿਆ ਕੇਂਦਰਾਂ ਦੇ ਵਿੱਚ ਪਹੁੰਚ ਸਕਣ, ਇਸ ਦੇ ਲਈ ਢਿੱਲ ਦਿੱਤੀ ਗਈ ਹੈ ਉਹਨਾਂ ਨੂੰ। ਦੱਸ ਦਈਏ ਕਿ JEE ਅਤੇ ਨੀਟ ਦੀ ਪ੍ਰੀਖਿਆ ਦੇ ਲਈ ਵਿਰੋਧ ਵੀ ਹੋਇਆ ਸੀ, ਹਾਲਾਂਕਿ ਸਰਕਾਰ ਨੇ ਕਿਹਾ ਕਿ ਪੂਰੇ ਸਮੇਂ ਦੇ ਉੱਤੇ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ, ਜਿਸ ਦੇ ਲਈ ਤਰੀਕਾਂ ਤੈਅ ਕਰ ਦਿੱਤੀਆਂ ਗਈਆਂ ਸਨ ਔਰ ਉੱਧਰ ਵਿਰੋਧੀ ਧਿਰ ਅਤੇ ਵਿਦਿਆਰਥੀ ਜਿਹੜੇ ਨੇ ਉਹ ਲਗਾਤਾਰ ਇਸ ਮਾਮਲੇ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ ਸੀ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਇਹ ਪ੍ਰੀਖਿਆਵਾਂ ਨਾ ਕਰਵਾਈਆਂ ਜਾਣ, ਪਰ ਸਰਕਾਰ ਨੇ ਕਿਹਾ ਕਿ ਇਹ ਸਮੇਂ 'ਤੇ ਹੀ ਪ੍ਰੀਖਿਆਵਾਂ ਜਿਹੜੀਆਂ ਨੇ ਹੋਣਗੀਆਂ ਔਰ ਅੱਜ ਨੀਟ ਦੀ ਪ੍ਰੀਖਿਆ ਹੋਣੀ ਹੈ, ਜਿਸ ਲਈ ਵੱਖ ਵੱਖ ਕੇਂਦਰ ਬਣਾਏ ਗਏ ਨੇ ਔਰ ਉੱਥੇ ਵਿਦਿਆਰਥੀ ਪਹੁੰਚ ਕੇ ਆਪਣੇ ਇਮਤਿਹਾਨ ਦੇਣ। ਦੱਸ ਦਈਏ ਕਿ ਅੱਜ ਕਰਫਿਊ ਦਾ ਐਲਾਨ ਵੈਸੇ ਸਰਕਾਰ ਨੇ ਕੀਤਾ ਹੋਇਆ ਕਿ ਐਤਵਾਰ ਦੇ ਦਿਨ ਕਰਫਿਊ ਰਿਹਾ ਕਰੇਗਾ, ਹਫ਼ਤੇ ਦੇ ਵਿੱਚ ਇੱਕ ਦਿਨ ਕਰਫਿਊ ਦਾ ਐਲਾਨ ਕੀਤਾ ਹੋਇਆ। ਇਸ ਤੋਂ ਪਹਿਲਾਂ 2 ਦਿਨ ਵੀਕਐਂਡ ਲੋਕਡਾਊਨ ਹੁੰਦਾ ਸੀ, ਸ਼ਨੀ ਅਤੇ ਐਤਵਾਰ, ਜਦਕਿ ਇਸ ਨੂੰ ਬਦਲ ਕੇ ਸ਼ਨੀਵਾਰ ਦਾ ਜਿਹੜਾ ਵੀਕਐਂਡ ਲੋਕਡਾਊਨ ਆ ਉਹ ਹਟਾ ਦਿੱਤਾ ਗਿਆ ਸੀ ਔਰ ਐਤਵਾਰ ਨੂੰ ਵੀਕਐਂਡ ਲੋਕਡਾਊਨ ਹਟਾ ਕੇ ਉਸ ਦੀ ਜਗ੍ਹਾ 'ਤੇ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਕਿ ਮੁਕੰਮਲ ਤੌਰ 'ਤੇ ਕਰਫਿਊ ਜਿਹੜਾ ਉਹ ਰਹੇਗਾ। ਕਰਫਿਊ ਹਟਾਇਆ ਗਿਆ ਵੱਖ ਵੱਖ ਥਾਵਾਂ 'ਤੇ, ਦਿੱਕਤ ਕਿਸੇ ਨੂੰ ਨਾ ਆਏ, ਪ੍ਰੀਖਿਆਵਾਂ ਜਿਹੜੀਆਂ ਉਹ ਆਪਣੀਆਂ ਬੱਚੇ ਦੇ ਸਕਣ, ਇਸ ਦੇ ਲਈ ਸਰਕਾਰ ਨੇ ਢਿੱਲ ਦਿੱਤੀ ਹੈ। ਅੰਮ੍ਰਿਤਸਰ ਦੇ ਵਿੱਚ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਮਨਜਿੰਦਰ, ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕੀ ਲੱਗਦਾ ਹੈ ਨੀਟ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਉਸ ਨੂੰ ਲੈ ਕੇ ਕਰਫਿਊ ਦੇ ਵਿੱਚ ਜੋ ਢਿੱਲ ਦਿੱਤੀ ਗਈ ਹੈ ਕਿੰਨਾ ਫਾਇਦਾ ਵਿਦਿਆਰਥੀਆਂ ਨੂੰ ਉਹ ਹੁੰਦਾ ਨਜ਼ਰ ਆ ਰਿਹਾ ਔਰ ਇਸ ਤੋਂ ਇਲਾਵਾ ਕੀ ਅਸਰ ਜਿਹੜਾ ਵੇਖਣ ਨੂੰ ਮਿਲ ਰਿਹਾ ਕਰਫਿਊ ਹਟਾ ਦਿੱਤਾ ਗਿਆ? ਪੌਜ਼ਟਿਵ ਕੇਸਾਂ ਦੀ ਗੱਲ ਕੀਤੀ ਜਾਵੇ, ਕੱਲ੍ਹ ਵੀ 295 ਜਿਹੜੇ ਕੇਸ ਆ ਉਹਨੇ ਚਿੰਤਾ ਦਾ ਵਿਸ਼ਾ ਬਣ ਗਿਆ ਅਤੇ ਜਿਹੜੀਆਂ ਮੌਤਾਂ ਦਾ ਆਂਕੜਾ ਵੱਧ ਰਿਹਾ। ਪ੍ਰੀਖਿਆ ਦਾ ਜੇ ਗੱਲ ਕੀਤੀ ਜਾਵੇ
ਬੱਚਿਆਂ ਦੀ ਅਤੇ ਉਹਨਾਂ ਨੂੰ ਜਿਹੜੀ ਢਿੱਲ ਦਿੱਤੀ ਗਈ ਆ ਕਿਉਂਕਿ ਪ੍ਰੀਖਿਆ ਤਾਂ ਹੋਣੀ ਆ, ਪਰ ਉਹਦੇ ਵਾਸਤੇ ਉਹਨਾਂ ਨੂੰ ਸੇਫਟੀਆਂ ਚਾਹੀਦੀਆਂ ਨੇ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਚਾਹੀਦਾ, ਮਾਸਕ ਪਾਉਣੇ ਚਾਹੀਦੇ ਨੇ, ਅਤੇ ਜਿਹੜੇ ਲੋਕ ਨੇ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਕਿਉਂਕਿ ਅੰਮ੍ਰਿਤਸਰ ਹੋਟਸਪੋਟ ਏਰੀਆ ਮੰਨਿਆ ਜਾ ਰਿਹਾ, ਲੋ 300 ਤੋਂ ਪਲੱਸ ਜਿਹੜੇ ਪੌਜ਼ਿਟਿਵ ਕੇਸ ਪਾਏ ਜਾ ਰਹੇ ਨੇ ਅਤੇ ਮੌਤਾਂ ਦਾ ਆਂਕੜਾ ਵੀ ਵੱਧ ਰਿਹਾ, ਅਤੇ ਲੋਕ ਬਾਜ਼ਾਰਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨਿਕਲ ਕੇ ਲੋਕ ਬਾਜ਼ਾਰਾਂ ਦੇ ਵਿੱਚ ਜਾ ਰਹੇ ਨੇ, ਅਤੇ ਵੱਡੀ ਦੁਕਾਨਾਂ ਦੇ ਉੱਤੇ ਜਿਹੜਾ ਰਸ਼ ਪੈ ਰਿਹਾ ਉਸ ਨੂੰ ਵੱਧਦੇ ਨਜ਼ਰ ਆ ਰਿਹਾ, ਅਤੇ ਪ੍ਰਸ਼ਾਸਨ ਦੀਆਂ ਜਿਹੜੀਆਂ ਨਗੇਲੀਆਂ ਨੇ ਉਹ ਸਾਹਮਣੇ ਆ ਰਹੀਆਂ, ਜੇ ਸੂਬਾ ਸਰਕਾਰ ਨੇ ਕੁਝ ਢਿੱਲਾਂ ਦਿੱਤੀਆਂ ਨੇ ਤਾਂ ਲੋਕਾਂ ਨੂੰ ਆਪ ਅਵੇਅਰ ਹੋਣਾ ਚਾਹੀਦਾ, ਪਰ ਲੋਕ ਵੱਡੀ ਤਾਦਾਦ ਵਿੱਚ ਬਾਜ਼ਾਰਾਂ ਦੇ ਵਿੱਚ ਜਾ ਰਹੇ ਨੇ, ਕੋਈ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਨਾ ਮਾਸਕ ਪਾਇਆ ਜਾ ਰਿਹਾ, ਅਤੇ ਜਿਹੜੇ ਵਿਦਿਆਰਥੀਆਂ ਨੂੰ ਜਿਹੜੀ ਢਿੱਲ ਦਿੱਤੀ ਗਈ ਆ, ਹੁਣ ਵਿਦਿਆਰਥੀ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਧਿਆਨ ਆ ਉਹਨੂੰ ਰੱਖਣ ਅਤੇ ਮਾਸਕ ਪਾ ਕੇ ਹੀ ਪੇਪਰ ਦਿੱਤੇ ਜਾਣ। ਜੀ ਜੀ ਕੀ ਲੱਗਦਾ ਕਿ ਰਾਹਤ ਜਿਹੜੀ ਉਹਨਾਂ ਨੂੰ ਕਿਤੇ ਕਿਤੇ ਮਿਲੇਗੀ, ਕਿਉਂਕਿ ਕਰਫਿਊ ਕਰਕੇ ਉਹਨਾਂ ਨੂੰ ਪਰੇਸ਼ਾਨੀਆਂ ਆ ਸਕਦੀਆਂ ਸੀ, ਜੇਕਰ ਦੂਰ ਦੁਰਾਡੇ ਜਿਹੜੇ ਵਿਦਿਆਰਥੀਆਂ ਨੇ ਪਹੁੰਚਣਾ ਵੱਖ ਵੱਖ ਕੇਂਦਰਾਂ ਦੇ ਵਿੱਚ ਇਹ ਪ੍ਰੀਖਿਆ ਦੇਣ ਦੇ ਲਈ? ਜੀ ਇਹ ਰਾਹਤ ਤਾਂ ਉਹਨਾਂ ਨੂੰ ਮਿਲ ਗਈ ਅਤੇ ਵਿਦਿਆਰਥੀ ਖੁਸ਼ ਵੀ ਲੱਗ ਰਹੇ ਕਿਉਂਕਿ ਕਾਫੀ ਚਿਰ ਤੋਂ ਜਿਹੜਾ ਕਰਫਿਊ ਕਰਕੇ ਉਹਨਾਂ ਨੂੰ ਜਿਹੜੀਆਂ ਤੰਗੀਆਂ ਆਉਣੀਆਂ ਸੀ ਕਿ ਕਹਿੰਦੇ ਟਰੈਵਲ ਨਹੀਂ ਹੋਣਾ ਸੀ, ਕਿ ਗੱਡੀਆਂ ਨਹੀਂ ਮਿਲਣੀਆਂ, ਟੈਕਸੀਆਂ ਨਹੀਂ ਮਿਲਣੀਆਂ, ਨਾ ਬੱਸਾਂ ਮਿਲਣੀਆਂ ਸੀ, ਪਰ ਜਿਹੜੀ ਰਾਹਤ ਮਿਲੀ ਆ ਇਸ ਕਰਕੇ ਵਿਦਿਆਰਥੀਆਂ ਨੂੰ ਵੀ ਹੁਣ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਚਾਹੀਦਾ, ਜੇ ਕੁਛ ਕੋਈ ਟਰੈਵਲ ਕਰ ਰਿਹਾ ਤਾਂ ਬੜੇ ਤਰੀਕੇ ਦੇ ਨਾਲ ਕੀਤਾ ਜਾਵੇ ਕਿਉਂਕਿ ਮਾਸਕ ਤੋਂ ਜ਼ਰੂਰ, ਕਿਉਂਕਿ ਕਰੋਨਾ ਦਾ ਕਹਿਰ ਹੈ ਟੁੱਟਦਾ ਨਜ਼ਰ ਆ ਰਿਹਾ ਅੰਮ੍ਰਿਤਸਰ ਦੇ ਵਿੱਚ, ਹੋਟਸਪੋਟ ਏਰੀਆ ਮੰਨਿਆ ਜਾ ਰਿਹਾ, ਅਤੇ ਜਿਹੜੀ ਰਾਹਤ ਵਿਦਿਆਰਥੀਆਂ ਨੂੰ ਮਿਲੀ ਆ, ਇੱਕ ਵਿਦਿਆਰਥੀ ਹੈ ਦਾ ਇਹ ਕਹਿਣਾ ਹੈ ਕਿ ਸਾਨੂੰ ਜਿਹੜੀ ਕਰਫਿਊ ਦੇ ਜਿਹੜੀ ਤੰਗੀ ਆਉਣੀ ਸੀ, ਜਿਹੜੀ ਸੂਬਾ ਸਰਕਾਰ ਨੇ ਜਿਹੜੀ ਗਾਈਡਲਾਈਨਾਂ ਬਣਾਈਆਂ ਨੇ ਉਹ ਸਭ ਤੋਂ ਬੈਸਟ ਲੱਗ ਰਹੀਆਂ, ਅਤੇ ਇਸ ਕਰਕੇ ਹੁਣ ਸਾਡੇ ਹੱਥ 'ਤੇ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮਨਜਿੰਦਰ ਜੀ ਵੈਸੇ ਗੱਲ ਕਰੀਏ ਬਾਜ਼ਾਰਾਂ ਦੀ, ਤਾਂ ਕੀ ਉਹ ਸਾਰੇ ਬੰਦ ਰਹਿਣਗੇ ਉਸੇ ਤਰ੍ਹਾਂ ਜੋ ਕਰਫਿਊ ਦੇ ਦੌਰਾਨ ਹਦਾਇਤਾਂ ਦਿੱਤੀਆਂ ਗਈਆਂ ਨੇ ਬੰਦ ਰੱਖਣ ਦੀਆਂ, ਜਾਂ ਫਿਰ ਜੋ ਹੋਰ ਵੀ ਵੱਖ ਵੱਖ ਚੀਜ਼ਾਂ ਨੇ ਉਹ ਸਭ ਉਸੇ ਤਰ੍ਹਾਂ ਹੀ ਕਰਫਿਊ ਦਾ ਉਹਨਾਂ ਨੂੰ ਪਾਲਣ ਕਰਨਾ ਹੋਵੇਗਾ, ਜਾਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਵੀ ਕੁਛ ਰਿਆਇਤ ਦਿੱਤੀ ਗਈ ਹੈ? ਜੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰਾਹਤ ਦਿੱਤੀ ਗਈ ਆ, ਪਰ ਲੋਕ ਨਹੀਂ ਸਮਝ ਰਹੇ, ਜੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰਾਹਤ ਦਿੱਤੀ ਗਈ ਕਿ ਤੁਸੀਂ ਆਪਣੀ ਦੁਕਾਨਾਂ ਖੋਲ੍ਹ ਸਕਦੀ ਹੈ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਚਾਹੀਦਾ, ਪਰ ਲੋਕ ਵੱਡੀ ਤਾਦਾਦ ਦੇ ਵਿੱਚ ਆਪਣੀ ਦੁਕਾਨ 'ਤੇ ਰਸ਼ ਪਾ ਰਹੇ ਨੇ, ਉਹੀ ਇਸ ਦੀ ਚਪੇਟ ਦੇ ਵਿੱਚ ਆ ਜਾਂਦੇ, ਕਿਉਂਕਿ ਹੁਣ ਪਤਾ ਨਹੀਂ ਲੱਗ ਰਿਹਾ ਕਿ ਪੋਜ਼ਿਟਿਵ ਕੌਣ ਹੈ ਜਾਂ ਕਰੋਨਾ ਦਾ ਮਰੀਜ਼ ਕੌਣ ਹੈ, ਤਾਂ ਲੋਕ ਜੇ ਪ੍ਰਸ਼ਾਸਨ ਸਖਤੀ ਕਰਦਾ ਤਾਂ ਫਿਰ ਇਹ ਧਰਨੇ 'ਤੇ ਬਹਿ ਜਾਂਦੇ ਨੇ, ਜੇ ਸੂਬਾ ਸਰਕਾਰ ਨੇ ਇਹਨਾਂ ਨੂੰ ਰਾਹਤ ਦਿੱਤੀ ਹੈ ਤਾਂ ਆਪਣਾ ਜਿਹੜੇ ਪਾਲਣਾ ਜਿਹੜੀ ਸੂਬਾ ਸਰਕਾਰ ਦੀਆਂ ਗਾਈਡਲਾਈਨਾਂ ਨੇ ਉਹਨਾਂ ਦਾ ਪਾਲਣਾ ਕੀਤੀ ਜਾਵੇ, ਅਤੇ ਜਿਹੜੇ ਪੌਜ਼ਿਟਿਵ ਕੇਸ ਆ ਉਹ ਕਰ ਸਕਦੇ ਨੇ, ਅਤੇ ਜਿਹੜੀ ਕਰੋਨਾ ਦੀ ਮਹਾਂਮਾਰੀ ਵੱਧ ਰਹੀ ਹੈ ਉਹ ਤੋਂ ਬਚ ਸਕਦੇ ਨੇ। ਜੀ ਮਨਜਿੰਦਰ ਤਮਾਮ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ।